ਅੰਮ੍ਰਿਤਸਰ ਦੇ ਪਿੰਡ ਬਲ ਕਲਾਂ 'ਚ ਇੱਕ NRI ਦੇ ਗੋਲੀ ਮਾਰੀ ਗਈ ਹੈ। ਪੀੜਤ ਦੀ ਪਹਿਚਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮਾਮਲਾ ਆਪਸੀ ਰੰਜਿਸ਼ ਦਾ ਹੈ। ਮਾਮਲਾ ਕੁਝ ਵੀ ਨਹੀਂ ਜੀ, ਇਹ ਮੇਰਾ ਛੋਟਾ ਬ੍ਰਦਰ ਆ, ਇਹ ਬਾਹਰੋਂ ਆਇਆ ਸੀ, ਇਹ ਮੈਰਿਜ ਵੇਖਣ ਵਾਸਤੇ ਆਇਆ ਸੀ, ਅੱਜ ਅਸੀਂ ਮੈਰਿਜ ਚੱਲੇ ਹਾਂ ਵੇਖਣ ਵਾਸਤੇ। ਇਹ ਥੋੜ੍ਹਾ ਜਿਹਾ ਪਹਿਲੂ ਕਹਿੰਦਾ ਮੈਂ ਪਹਿਲੂ ਚੱਲ ਜਾਂ, ਵੀਰ ਜੀ ਨੂੰ ਫੋਨ ਕਰਦੇ ਹਾਂ। ਇਹ ਪਹਿਲੂ ਨਿਕਲਿਆ, ਅਸੀਂ ਮਗਰੋਂ ਜੇ ਗੱਡੀਆਂ 'ਚ ਬਹਿ ਨਹੀਂ ਰਹੇ ਹਾਂ। ਇਹਨੇ ਮਗਰੋਂ ਫੋਨ ਕੀਤਾ ਵੀ ਇਹ ਗੁਰਚਰਨ ਸਿੰਘ ਨੇ ਆਣ ਕੇ ਮੇਰਾ ਸ਼ੀਸ਼ਾ ਭੰਨਤਾ ਗੱਡੀ ਦਾ, ਮੈਂ ਹਾਰਨ ਮਾਰਦੇ ਆਉਂਦੇ ਆ ਸ਼ੀਸ਼ਾ ਭੰਨਤਾ ਆ। ਗੁਰਚਰਨ ਸਿੰਘ ਚਾਹੁੰਦੇ ਆ ਕੁਲਦੀਪ ਪ੍ਰਧਾਨ ਦਾ ਮੁੰਡਾ, ਜੋ ਸ਼ੀਸ਼ਾ ਭੰਨਿਆ ਆ, ਅਤੇ ਉਹ ਇਹਨੇ ਸਾਨੂੰ ਫੋਨ ਕਰਦਾ ਵੀ ਮੇਰਾ ਸ਼ੀਸ਼ਾ ਭੰਨਤਾ ਸੀ, ਅਜੇ ਘਰ ਮਗਰ ਆਏ ਹੀ ਆ। ਆਉਂਦਿਆਂ ਨੂੰ ਕੁਲਦੀਪ ਪ੍ਰਧਾਨ ਵੀ ਬਾਹਰ ਆ ਗਿਆ, ਉਹਨੇ ਆਉਂਦੇ ਹੀ ਰਫਲ ਦੇ ਨਾਲ ਇਹਨੇ ਮੁੰਡੇ ਨੇ ਪਿਸਤੌਲ ਫੜਿਆ ਹੋਇਆ ਸੀ ਚਾਨਣ ਨੇ, ਅਤੇ ਜਿਹੜਾ ਕੁਲਦੀਪ ਪ੍ਰਧਾਨ ਉਹਨੇ ਆਉਂਦੇ ਫਾਇਰ ਕੀਤਾ ਆ, ਉਹ ਮੇਰੇ ਭਰਾ ਦੇ ਇੱਥੇ ਵੱਜਿਆ, ਆਉਂਦੇ ਛਾਤੀ 'ਤੇ ਵੱਜਿਆ। ਇਹ ਜੇ ਮਹਾਰਾਜ ਨੇ ਕਿਰਪਾ ਕਰਤੀ ਵੀ ਉਹ ਬਚਾਅ ਹੋ ਗਿਆ, ਬਾਕੀ ਮੋਢੇ ਦੇ ਉੱਤੇ ਲੱਗੀ ਆ, ਛਾਤੀ 'ਚ ਵੱਜਣ 'ਤੇ ਖਤਮ ਹੋ ਜਾਣਾ ਉੱਥੇ ਹੀ। ਰੰਜਿਸ਼ ਕੋਈ ਨਹੀਂ ਜੀ ਇਹਨਾਂ ਦੇ ਨਾਲ, ਪਿਛਲੀ ਇਲੈਕਸ਼ਨ ਜਦੋਂ MLA ਦੀ ਹੋਈ ਸੀ, ਇਹ ਅਕਾਲੀ ਦਲ ਨੂੰ ਵੋਟਾਂ ਪਾਈਆਂ, ਅਸੀਂ ਆਮ ਪਾਰਟੀ ਨੂੰ ਪਾਈਆਂ, ਉਹ ਰੰਜਿਸ਼ ਵਾਲੀ ਕੋਈ ਗੱਲ ਹੀ ਨਹੀਂ ਜੀ। ਇਹ ਬਾਹਰ ਰਹਿੰਦਾ ਸੀ ਮੇਰਾ ਬ੍ਰਦਰ, ਇਹਨਾਂ ਰੰਜਿਸ਼ ਕਦੀ ਨਹੀਂ ਜੀ, ਅਤੇ ਅਸੀਂ ਆਪਣੇ ਕਾਰੋਬਾਰ ਕਰਦੇ ਹਾਂ। ਇਹ ਬਦਮਾਸ਼ੀ ਇਹ ਜਦੋਂ ਮੁੰਡਾ ਲੜਦਾ ਸੀ, ਉਦੋਂ ਹਰ ਵਾਰੀ ਜਿਹਨੂੰ ਲੜਦਾ ਸੀ ਆਪਣੇ ਪਿਓ ਦਾ ਪਿਸਤੌਲ ਕੱਢ ਕੇ ਲੈ ਆਉਂਦਾ ਸੀ ਲੋਕਾਂ ਨੂੰ ਮਾਰਨ ਵਾਸਤੇ। ਇਹ ਬਹੁਤ ਜ਼ਿਆਦਾ ਮਸਲਿਆ ਜੀ, ਇਹਨੇ ਇਹ ਕਾਰਨ ਮੈਂ ਕਰਨਾ ਹੀ, ਅਸੀਂ ਸਭ ਘਰ ਗੱਲਾਂ ਕਰਦੇ ਹਾਂ ਵੀ ਇਹ ਮੁੰਡੇ ਨੇ ਧੋਖਾ ਖਾਣਾ ਆ, ਜਿਹਨੂੰ ਲੜਦਾ ਪਿਸਤੌਲ ਕੱਢ ਲਿਆਉਂਦਾ ਆ, ਇਸ ਕਰਕੇ ਇਹਨੇ ਉਹ ਸਾਨੂੰ ਕੀ ਪਤਾ, ਇਹਨੇ ਸਾਡੇ ਉੱਤੇ ਹੀ ਇਹ ਕੰਮ ਕਰ ਦੇਣਾ। ਅਸੀਂ ਪੁਲਿਸ ਨੂੰ ਤਲਾਹ ਦਿੱਤੀ ਹੈ ਜੀ, ਪੁਲਿਸ ਆਪਣੀ ਕਾਰਵਾਈ ਕਰਨ ਦੀ ਆ। ਮਾਮਲਾ ਇਹਨਾਂ ਦਾ ਕਾਰ ਚਲਾਉਣ ਤੋਂ ਦੋਨਾਂ ਪਾਰਟੀਆਂ ਦੀ ਰੰਜਿਸ਼ ਹੋ ਗਈ ਆ, ਗੱਲ 'ਚ ਕਾਰ ਲਾਈ ਸੀਗੀ, ਅਤੇ ਕੁਲਦੀਪ ਸਿੰਘ ਨੂੰ ਮਨਜੀਤ ਸਿੰਘ ਨੇ ਆਖਿਆ ਵੀ ਕਾਰ ਲਾਂਭੇ ਕਰ ਮੈਂ ਲੰਘਣਾ ਵਾ, ਇਸੇ ਗੱਲ ਤੋਂ ਜਦੋਂ ਮੈਂ ਇਹਦੇ ਵਿੱਚ ਪੈਰ ਮਾਰਿਆ ਤਾਂ ਇਹਦੇ ਮੋਢੇ 'ਤੇ ਲੱਗ ਗਿਆ। ਡਾਕਟਰ ਸਾਹਿਬ ਕੋਲ ਆਇਆ ਸੀ, ਉਹਨਾਂ ਦੱਸਿਆ ਵੀ ਕਿ ਟ੍ਰੀਟਮੈਂਟ ਚੱਲਣ ਦਾ ਬਾਅਦ 'ਚ ਜਾਣ ਦੇ ਪੁਰਾਣੀ ਹੁੰਦੀ ਸੀ। ਕੀ ਮਾਮਲਾ ਕੀ? ਮਾਮਲੀ ਕੋਈ ਨਹੀਂ, ਤਾਂ ਬਸ ਇੰਨਾ ਕੁ ਆਖਿਆ ਵੀ ਮੈਂ ਕਾਰ ਲੰਘਾਉਣੀ, ਕਾਰ ਪਿੱਛੇ ਕਰ ਲਓ, ਇਸੇ ਗੱਲ ਤੋਂ ਤੂੰ ਮੈਂ ਹੋ ਗਈ ਗੋਲੀ ਚੱਲ ਗਈ। ਕਿਹੜੇ ਪਿੰਡ ਦਾ ਮਾਮਲਾ? ਇਹ ਪੱਲ ਕਲਾਂ ਦਾ ਜੀ। ਉਹ ਗੋਲੀ ਦੋ ਤਰ੍ਹਾਂ ਲੱਗੀ, ਇੱਕ ਨੂੰ ਨਹੀਂ, ਇੱਕ ਦੇ ਜੀ। ਕੀ ਹਾਲਾਤ ਨੇ ਹੁਣ ਵੈਸੇ? ਹਾਲਾਤ ਠੀਕ ਨੇ। ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ? ਕਾਰਵਾਈ ਤਾਂ ਪੀਸ ਆਪਣੇ ਲਾਹ ਚੱਲਣ ਡਿਆ ਵਾ, ਡਾਕਟਰ ਲਿਖ ਦੂਗਾ ਸਾਨੂੰ, ਕੋਈ ਜਾਣ ਦੇਣ ਦੇ ਫਿਰ ਪਰਚਾ ਦੇ ਦਾਂਗੇ ਤਾਂ ਜਾਣ ਲੈ।